ਸਵਾਗਤ ਪੰਡਿਤ ਦੀਨਦਿਆਲ ਉਪਾਧਿਆਏ ਰਾਸ਼ਟਰੀ ਸੱਚੇ ਦੇਸ਼ ਭਗਤ ਤੇ ਹਮੇਸ਼ਾ ਹਰੇਕ ਦੇ ਵਾਸਤੇ ਪ੍ਰੇਰਨਾ ਸਰੋਤ ਬਣ ਕੇ ਸਾਡੇ ਦੇਸ਼ ਦੇ ਵਿੱਚ ਉਹਨਾਂ ਦਾ ਜਨਮ ਹੋਇਆ ਹਮੇਸ਼ਾ ਦੇਸ਼ ਦੇ ਵਾਸਤੇ ਸੇਵਾ ਲਈ ਤਤਪਰ ਰਹਿਣ ਵਾਲੇ ਪੰਡਿਤ ਦੀਨਦਿਆਲ ਜੀ ਦਾ ਜਨਮ ਜਿਹੜਾ ਸੀ ਉਹ 25 ਸਤੰਬਰ 1916 ਦੇ ਵਿੱਚ ਹੋਇਆ ਕੀਸਨ ਉਹਨਾਂ ਦੀਆਂ ਸਿੱਖਿਆਵਾਂ ਕੀ ਚਾਹੁੰਦੇ ਸਨ ਕਿ ਸਾਡਾ ਦੇਸ਼ ਰਾਜਨੀਤਿਕ ਪੱਖੋਂ ਆਰਥਿਕ ਪੱਖੋਂ ਤੇ ਸਿੱਖਿਆ ਦੇ ਪੱਖੋਂ ਕਿਵੇਂ ਮਜ਼ਬੂਤ ਹੋਵੇ ਇਸ ਲਈ ਹਮੇਸ਼ਾ ਉਹ ਤਿਆਰ ਰਹਿੰਦੇ ਸਨ ਹੋਰ ਉਹਨਾਂ ਦੀਆਂ ਕੀ ਸਿੱਖਿਆਵਾਂ ਸਨ ਇਸ ਬਾਰੇ ਗੱਲਬਾਤ ਕਰਨ ਦੇ ਵਾਸਤੇ ਅੱਜ ਸਾਡੇ ਸਟੂਡੀਓ ਵਿੱਚ ਮੌਜੂਦ ਨੇ ਡਾਕਟਰ ਤਰਿੰਦਰ ਤਾਇਆ ਜੀ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਸਟੂਡੀਓ ਦੇ ਵਿੱਚ ਤੁਹਾਡਾ ਡਾਕਟਰ ਸਾਹਿਬ ਅੱਜ ਜਿਸ ਮਹਾਨ ਹਸਤੀ ਦੀ ਅਸੀਂ ਗੱਲ ਕਰ ਰਹੇ ਹਾਂ ਉਹ ਇੱਕ ਲੇਖਕ ਦੇ ਰੂਪ ਵਿੱਚ ਵੀ ਸਾਡੇ ਸਾਹਮਣੇ ਆਏ ਇੱਕ ਰਾਜਨੀਤਿਕ ਨੇਤਾ ਦੇ ਰੂਪ ਦੇ ਵਿੱਚ ਵੀ ਸਾਹਮਣੇ ਆਏ ਨਾਲ ਨਾਲ ਜੇਕਰ ਅਸੀਂ ਗੱਲ ਕਰੀਏ ਇੱਕ ਸਮਾਜ ਸੇਵਕ ਦੇ ਰੂਪ ਵਿੱਚ ਵੀ ਸਾਹਮਣੇ ਆਏ ਉਹਨਾਂ ਦਾ ਜਨਮ ਜਿਹੜਾ ਸੀ ਉਹ ਕਿੱਥੇ ਤੇ ਕਦੋਂ ਹੋਇਆ ਜਿੱਦਾਂ ਤੁਸੀਂ ਦੱਸਿਆ ਸਤੰਬਰ 25 1916 ਦੇ ਵਿੱਚ ਮਥੂਰਾ ਡਿਸਟ੍ਰਿਕਟ ਚ ਜਨਮ ਹੋਇਆ ਉਹਨਾਂ ਦਾ ਜੀ ਤੇ ਉਹਨਾਂ ਦੇ ਪਿਤਾ ਜੀ ਉਸ ਵੇਲੇ ਅਸਿਸਟੈਂਟ ਸਟੇਸ਼ਨ ਮਾਸਟਰ ਸਿਗੇ ਸੋ ਇੱਕ ਲੋਅਰ ਕਲਾਸ ਲੋਅਰ ਮਿਡਲ ਕਲਾਸ ਫੈਮਿਲੀ ਦੇ ਵਿੱਚ ਜਨਮ ਹੋਇਆ ਉਹਨਾਂ ਦਾ ਜੀ 어 کافی ਮੁਸ਼ਕਲ ਚਾਈਲਡਹੂਡ ਜੜਾ ਸੀ ਉਹਨਾਂ ਦਾ ਉਹ ਨਿਕਲਿਆ ਜੀ ਉਸ ਵੇਲੇ ਜਿੱਦਾਂ ਆਪਾਂ ਨੂੰ ਪਤਾ ਹੈ ਕਿ ਇੰਡੀਆ ਦੇ ਵਿੱਚ ਕਾਫੀ ਬਿਮਾਰੀ ਵੀ ਸੀ 어 ਲਾਈਫ ਐਕਸਪੈਕਟੈਂਸੀ ਇੰਨੀ ਲੰਬੀ ਨਹੀਂ ਸੀ ਜੀ ਸੋ ਉਹ ਇੱਕ ਜੁਆਇੰਟ ਫੈਮਿਲੀ ਸੀ ਜਿੱਦੇ ਚ ਰਹਿੰਦੇ ਸੀ ਤੇ ਉਹਨਾਂ ਦੇ ਪਿਤਾ ਜੀ ਦਾ ਜ 2.5 ਸਾਲ ਦੀ ਉਮਰ ਸੀਗੀ ਉਹਨਾਂ ਦੀ ਉਹਨਾਂ ਦੇ ਪਿਤਾ ਜੀ ਦਾ ਦਿਹਾਂਤ ਹੋ ਗਿਆ ਉਹ ਉੱਥੋਂ ਦੀ ਆਪਣੇ ਨਾਨਾ ਜੀ ਦੇ ਕੋਲ ਚਲੇ ਗਏ ਰਹਨ ਜੀ ਉਹ ਨਾਨਾ ਜੀ ਦੇ ਕੋਲ ਰਹਿ ਰਹੇ ਸੀ ਤੇ 7 ਸਾਲ ਦੀ ਉਮਰ ਦੇ ਵਿੱਚ ਉਸ ਵੇਲੇ ਉਹਨਾਂ ਦੀ ਮਾਤਾ ਜੀ ਨੂੰ ਟਿਊਬਰਕਲੋਸਿਸ ਹੋ ਗਿਆ ਜੀ ਟਿਊਬਰਕਲੋਸਿਸ ਉਸ ਵੇਲੇ ਅੱਜ ਸ਼ਾਇਦ ਇੰਨਾ ਸੀਰੀਅਸ ਡਿਜ਼ੀਜ਼ ਨਹੀਂ ਹੈ ਲੇਕਿਨ ਉਸ ਵੇਲੇ ਬਹੁਤ ਸੀਰੀਅਸ ਡਿਜ਼ੀਜ਼ ਸੀ ਬਹੁਤ ਮੌਤਾਂ ਹੁੰਦੀਆਂ ਸੀ ਟਿਊਬਰਕਲੋਸਿਸ ਨਾਲ ਸੋ ਉਹਨਾਂ ਦੀ ਮਾਤਾ ਜੀ ਦਾ ਵੀ ਦਿਹਾਂਤ ਹੋ ਗਿਆ ਉਹ ਥੋੜੇ ਸਮੇਂ ਬਾਅਦ ਹੀ ਨਾਨਾ ਜੀ ਕੋਲ ਰਹਿ ਰਹੇ ਸੀ ਤੇ ਨਾਨਾ ਜੀ ਦਾ ਵੀ ਦਿਹਾਂਤ ਹੋ ਗਿਆ ਉਹ ਉਹ ਜਾ ਕੇ ਆਪਣੇ ਮਾਮਾ ਜੀ ਦੇ ਨਾਲ ਰਹਿਣ ਲੱਗੇ ਸੋ ਉਹਨਾਂ ਦੇ ਜਿਹੜੇ ਨਾਨਾ ਜੀ ਸੀਗੇ ਉਹ ਇੱਕ ਪਿੰਡ ਸਿਗਾ ਧੋਕੀਆ ਜੀ ਉਹਦੇ ਚ ਰਹਿੰਦੇ ਸੀ ਸੋ ਫਿਰ ਮਾਮਾ ਜੀ ਕੋਲ ਗਏ ਤੇ ਮਾਮਾ ਜੀ ਅਸਿਸਟੈਂਟ ਸਟੇਸ਼ਨ ਮਾਸਟਰ ਸੀਗੇ ਪਿਤਾ ਜੀ ਮੰਗੋ ਗੰਗਾਪੁਰ ਦੇ ਚ ਜੀ ਸੋ ਫਿਰ ਮਾਮਾ ਜੀ ਖੋਲ ਚਲੇ ਗਏ 4 ਸਾਲ ਗੰਗਾਪੁਰ ਦੇ ਚ ਰਹੇ। ਕਰੀਬ 16 25 ਸਾਲ ਦੀ ਜਿਹੜੀ ਉਹਨਾਂ ਦੀ ਆਯੂ ਸੀ। ਉਦੋਂ ਤੱਕ ਉਹ 11 ਜਗ੍ਹਾ ਤੇ ਰਹੇ। ਹਮ। ਮਤਲਬ ਐਸਾ ਇੱਕ ਉਹ ਵੀ ਇੱਕ ਤਰੀਕੇ ਨਾਲ ਮੈਂ ਕਹਾਂ ਪਿਤਾ ਜੀ ਵੀ ਅਸਿਸਟੈਂਟ ਸਟੇਸ਼ਨ ਮਾਸਟਰ ਸੀ, ਮਾਮਾ ਜੀ ਅਸਿਸਟੈਂਟ ਸਟੇਸ਼ਨ ਮਾਸਟਰ ਸਗੇ। ਮਾਮਾ ਜੀ ਜਿੱਦਾਂ ਮੈਂ ਕਿਹਾ ਗੰਗਾਪੁਰ ਸਗੇ। ਉੱਥੇ ਐਜੂਕੇਸ਼ਨ ਫੈਸਿਲਿਟੀ ਖਤਮ ਹੋ ਗਈ। ਤੇ ਉਹਨਾਂ ਨੇ ਆਪਣੇ ਉਹਨਾਂ ਦੇ ਆਪਣੇ ਕਜ਼ਨ ਸੀ ਉਹ ਸਟੇਸ਼ਨ ਮਾਸਟਰ ਸੀਗੇ ਕਿੱਥੇ ਅ ਉਹ ਸਟੇਸ਼ਨ ਮਾਸਟਰ ਸੀਗੇ ਰਾਜਗੜ੍ਹ ਦੇ ਚ ਜੀ ਉਹਨਾਂ ਨੇ ਰਾਜਗੜ੍ਹ ਉਹਨਾਂ ਨੂੰ ਭੇਜਤਾ ਸੋ ਉਹ ਰਾਜਗੜ੍ਹ ਦੇ ਚ ਪੜੇ ਸੋ ਉਹ ਇੱਕ ਰੇਲਵੇ ਵਰਗੀ ਹੀ ਸ਼ਾਇਦ ਜ਼ਿੰਦਗੀ ਲਾਈਫ ਬਣ ਗਈ ਜੀ ਜਿੱਥੇ ਸਾਰੇ ਅ ਅਸਿਸਟੈਂਟ ਸਟੇਸ਼ਨ ਮਾਸਟਰ ਤੇ ਸਟੇਸ਼ਨ ਮਾਸਟਰ ਜਿੱਦਾਂ ਜਿੱਦਾਂ ਟਰਾਂਸਫਰ ਹੁੰਦੀ ਗਈ ਮਾਮਾ ਜੀ ਦੀ ਇੱਕ ਵਾਰੀ ਟਰਾਂਸਫਰ ਹੋ ਗਈ ਤਾਂ ਉਹ ਵੀ ਨਾਲ ਚਲੇ ਗਏ ਜੀ ਉਸ ਤਰੀਕੇ ਦੇ ਨਾਲ ਹੀ ਔਰ ਡਰਥਾ ਤੇ ਜਿਹੜਾ अर्ली ਲਾਈਫ ਸੀ ਉਹ ਇਸ ਤਰੀਕੇ ਉਹਨਾਂ ਦੀ ਬੀਤੀ ਜੀ ਔਰ ਐਜੂਕੇਸ਼ਨ ਕਿਦਾਂ ਦੀ ਸੀ ਉਹਨਾਂ ਦੀ ਕਿਉਂਕਿ ਹੁਣ ਉਹਨਾਂ ਦੀ ਹਰ ਇੱਕ ਜਗ੍ਹਾ ਤੇ ਜਿੱਦਾਂ ਜਿੱਦਾਂ ਮਾਮਾ ਜੀ ਦੀ ਪੋਸਟਿੰਗ ਹੁੰਦੀ ਰਹੀ ਉਹਦੋਂ ਉਹ ਵੀ ਬਦਲਦੇ ਰਹੇ ਪਹਿਲਾਂ ਮੰਮੀ ਮਾਂ ਦੇ ਕੋਲ ਫਿਰ ਨਾਨਾ ਜੀ ਕੋਲ ਫਿਰ ਮਾਮਾ ਜੀ ਕੋਲ ਐਜੂਕੇਸ਼ਨ ਜਿਹੜੀ ਸੀ ਉਹ ਇੰਨੀ ਜ਼ਿਆਦਾ ਐਜੂਕੇਸ਼ਨ ਜਿਹੜੀ ਉਹਨਾਂ ਨੇ ਲਈ ਉਹ ਕਿਵੇਂ ਫਿਰ ਉਹਨਾਂ ਨੇ ਮਤਲਬ ਇਕੱਠੀ ਕੀਤੀ ਮੇਰੇ ਖਿਆਲ ਇਹੀ ਜਿਹੜੇ ਅਸੀਂ ਜੇ ਅੱਜ ਬੈਠੇ ਆ ਉਹਨਾਂ ਦੀ ਗੱਲ ਕਰ ਰਹੇ ਆ ਜਾਂ ਇੰਨੀ ਥਾਵਾਂ ਤੇ ਉਹ ਸਾਰੇ ਇੰਡੀਆ ਦੇ ਚੰਨੀਆਂ ਸਕੀਮਸ ਉਹਨਾਂ ਦੇ ਨਾਮ ਦੀਆਂ ਚੱਲ ਰਹੀਆਂ ਯਾਨੀ ਥਾਂ ਤੋਂ ਨਿਚਤਰ ਲੱਗਦੇ ਜੀ ਉਹ ਆਦਮੀ ਦੇ ਵਿੱਚ ਕੁਝ ਹੁੰਦਾ ਏਸੀ ਕਰਕੇ ਐਸਾ ਹੁੰਦਾ ਹਰ ਕਿਸੇ ਨਾਲ ਤੇ ਐਸਾ ਨਹੀਂ ਹੋ ਪਾਂਦਾ ਜੀ ਤੋਂ ਸ਼ੁਰੂ ਤੋਂ ਹੀ ਮਤਲਬ ਉਹ ਉਹ ਜਿੱਥੇ ਤੱਕ ਦਾ ਰਿਕਾਰਡ ਅਵੇਲੇਬਲ ਹੈ ਕਿ ਸੈਕੰਡ ਕਲਾਸ ਤੋਂ ਫਰਸਟ ਆ ਰਹੇ ਸੀ ਹਮ ਸੋ ਉਹਨਾਂ ਨੇ ਜਦੋਂ 10th ਕੀਤੀ ਤੇ ਉਸ ਵੇਲੇ ਉਹ ਕਲਾਸ 10th ਦੇ ਵਿੱਚ ਵੀ ਉਹ ਟਾਪ ਬੋਰਡ ਟਾਪ ਕੀਤਾ ਉਹਨਾਂ ਨੇ ਕਿਉਂਕਿ ਬੋਰਡ ਟਾਪ ਕੀਤਾ ਇਸ ਕਰਕੇ ਉਸਿਲ ਉੱਥੇ ਦੇ ਜਿਹੜੇ ਮਹਾਰਾਜਾ ਸੀਗੇ ਮਹਾਰਾਜਾ ਕਲਿਆਣ ਸਿੰਘ ਸੀ ਜੀ ਉਹਨਾਂ ਨੇ ਉਹਨੂੰ ਉਹਨਾਂ ਨੂੰ 골ਡ ਮੈਡਲ ਦਿੱਤਾ 10 ਰੁਪਏ ਮਹੀਨਾ ਵਜ਼ੀਫਾ ਦਿੱਤਾ ਤੇ 250 ਰੁਪਏ ਬੁੱਕਸ ਵਗੈਰਾ ਲੈਣ ਲਈ ਦਿੱਤੀਆਂ ਅਸੀਂ ਆਨਰ ਮਿਲੀ ਮੈਚ ਦੇ ਵਿੱਚ ਬਹੁਤ ਹੀ ਅੱਛੇ ਸੀ ਕਿਹਾ ਜਾਂਦਾ ਹੈ ਕਿ ਉਹ ਜਦੋਂ 9th ਦੇ ਸੀ ਤੇ ਉਹ 10ਵੀਂ ਦੇ ਬੱਚਿਆਂ ਦੀ ਮੈਚ ਦੀ ਮਦਦ ਕਰਦੇ ਸੀ ਹਮ ਵੈਰੀ ਬ੍ਰਿਲਿਅੰਟ ਫਿਰ ਉਹ ਆਪਣੀ ਇੰਟਰਮੀਡੀਏਟ ਕਰਨ ਦੇ ਲਈ ਉਹ ਉਥੋਂ ਦੀ ਪਿਲਾਨੀ ਚਲੇ ਗਏ ਜੀ ਪਿਲਾਨੀ ਜਾ ਕੇ ਇੰਟਰਮੀਡੀਏਟਸ ਵੀ ਉਹਨਾਂ ਨੇ ਟਾਪ ਕੀਤਾ ਸੋ ਉਥੇ ਜਦੋਂ ਟਾਪ ਕੀਤਾ ਤਾਂ ਜਿਹੜੇ ਉਸ ਵੇਲੇ ਦੇ ਅੱਜ ਵੀ ਤੇ ਉਸ ਵੇਲੇ ਦੇ ਤੇ ਬਹੁਤ ਨਾਮੀ-ਗ੍ਰਾਮੀ ਨੋਨ ਇੰਡਸਟਰੀਅਲਿਸਟ ਖੰਸ਼ਾਮ ਦਾਸ ਬਿਰਲਾ ਜੀ ਸੀ ਉਹਨਾਂ ਨੇ ਵੀ ਉਹ ਜਿੱਦਾਂ ਪਹਿਲਾਂ ਮਹਾਰਾਜਾ ਸਾਹਿਬ ਨੇ ਉਹਨਾਂ ਨੂੰ ਆਨਰ ਕੀਤਾ ਸੀ ਉਹਨਾਂ ਨੇ ਵੀ ਉਸੇ ਤਰੀਕੇ 골ਡ ਮੈਡਲ ਦਿੱਤਾ 10 ਰੁਪਏ ਮਹੀਨਾ ਸ਼ਾਇਦ ਅੱਜ ਕੁਝ ਨਹੀਂ ਲੱਗਦਾ ਲੇਕਿਨ ਇਨ ਦੋਸ ਡੇਸ ਬਹੁਤ ਵੱਡੀ ਇੱਕ ਫਿਗਰ ਸੀਗੀ 10 ਰੁਪਏ ਮਹੀਨਾ ਦਾ ਵਜ਼ੀਫਾ ਦਿੱਤਾ ਤੇ 250 ਰੁਪਏ ਬੁੱਕਸ ਵਗੈਰਾ ਦੇ ਲਈ ਦਿੱਤੇ ਉਹਨਾਂ ਨੂੰ ਜੀ ਪਿਲਾਨੀ ਤੋਂ ਇੰਟਰਮੀਡੀਏਟ ਕਰਕੇ ਫਿਰ ਉਹ ਕਾਨਪੂਰ ਚਲੇ ਗਏ ਆਪਣੀ ਉਹ ਗ੍ਰੈਜੂਏਸ਼ਨ ਕੰਪਲੀਟ ਕਰਨ ਲਈ ਕਾਨਪੂਰ ਤੋਂ ਉਹਨੇ ਗ੍ਰੈਜੂਏਸ਼ਨ ਫਸਟ ਡਿਵੀਜ਼ਨ ਦੇ ਚ ਕੰਪਲੀਟ ਕੀਤੀ ਜੀ ਉਹ ਵੀ ਸ਼ਾਇਦ ਅੱਜ ਜਦੋਂ ਨੰਬਰਾਂ ਦਾ ਕੋਈ ਐਂਡ ਨਹੀਂ ਹੈ ਕੋਈ 99% ਕੋਈ 97% ਸ਼ਾਇਦ ਫਸਟ ਡਿਵੀਜ਼ਨ ਹਮਮ ਉਹ ਜਦੋਂ ਡਿਵੀਜ਼ਨਸ ਬਣੀਆਂ ਸੀ ਦੋਜ਼ ਡੇਸ ਕਿਸੇ ਦਾ ਫਸਟ ਡਿਵੀਜ਼ਨ ਹੋ ਜਾਣਾ ਜਾਂ ਗ੍ਰੈਜੂਏਸ਼ਨ ਕਰ ਲੈਣਾ ਵੀ ਬਹੁਤ ਵੱਡੀ ਗੱਲ ਸੀ ਉਹਨਾਂ ਨੇ ਗ੍ਰੈਜੂਏਸ਼ਨ ਆਪਣੀ ਫਸਟ ਡਿਵੀਜ਼ਨ ਦੇ ਚ ਕੀਤੀ ਜੀ ਫਿਰ ਉਥੋਂ ਦੀ ਉਹ ਆਗਰਾ ਚਲੇ ਗਏ ਪੋਸਟ ਗ੍ਰੈਜੂਏਸ਼ਨ ਕਰਨ ਦੇ ਲਈ ਉਹ ਤਾਂ ਨੇ ਇੰਗਲਿਸ਼ ਲਿਟਰੇਚਰ ਦੇਚ ਪੋਸਟ ਗ੍ਰੈਜੂਏਸ਼ਨ ਦੇਚ ਐਡਮਿਸ਼ਨ ਲਈਤੀ ਲੇਕਿਨ ਉਹਨੂੰ ਕੰਪਲੀਟ ਨਹੀਂ ਕਰ ਪਾਏ ਕਿਉਂਕਿ ਪਰਿਵਾਰ ਦੇਚ ਉਹਨਾਂ ਦੀ ਕਜ਼ਨ ਸੀ ਜਿਹੜੀ ਉਹਨਾਂ ਦੇ ਬਹੁਤ ਨੇੜੇ ਸੀਗੀ ਸੋ ਉਹ ਬਹੁਤ ਜ਼ਿਆਦਾ ਬਿਮਾਰ ਹੋ ਗਈ ਤੇ ਉਹਦਾ ਖਿਆਲ ਕਰਨ ਦੇ ਲਈ ਉਹ ਆਪਣੀ ਪੜ੍ਹਾਈ ਵਿੱਚ ਛੱਡ ਗਈ ਤੇ ਆਪਣੀ ਭੈਣ ਦਾ ਖਿਆਲ ਕਰਨ ਵਾਪਸ ਆ ਗਏ ਲੇਕਿਨ ਉਹ ਜਦਾਂ ਮੈਂ ਕਿਹਾ ਕਿ ਉਸ ਵੇਲੇ ਦਾ ਜਿਹਾ ਸਾ ਮਾਹੌਲ ਸੀਗਾ ਜੀ ਉਹ ਬਚ ਨਹੀਂ ਪਾਏ ਜੀ ਜੀ ਤੇ ਫਿਰ ਉਹਨਾਂ ਨੇ ਉਸ ਤੋਂ ਬਾਅਦ ਵਿੱਚ ਜਾ ਕੇ ਤੇ ਉਹਨਾਂ ਨੇ ਬੀਟੀ ਦਾ ਕੋਰਸ ਕੰਪਲੀਟ ਕੀਤਾ ਅ ਅਲਾਬਾਦ ਤੋਂ ਵਿਦਿਆਰਥੀ ਜੀਵਨ ਦੇ ਨਾਲ-ਨਾਲ ਉਹਨਾਂ ਨੇ ਲਿਖਣਾ ਵੀ ਸ਼ੁਰੂ ਕਰ ਦਿੱਤਾ ਸੀ ਉਸ ਵੇਲੇ ਦੇ ਵਿੱਚ ਹੀ ਔਰ ਉਸ ਵੇਲੇ ਜੀਵਨ ਸ਼ੈਲੀ ਬੜੀ ਡਿਫਰੈਂਟ ਜਿਹੀ ਸੀ ਉਹਨਾਂ ਦੀ ਸਵੈ ਸੇਵੀ ਸੰਗਠਨ ਦੇ ਨਾਲ ਫਿਰ ਉਹ ਕਦੋਂ ਆ ਕੇ ਜੁੜੇ ਕਿ ਜਦੋਂ ਵਿਦਿਆਰਥੀ ਜੀਵਨ ਸੀ ਉਦੋਂ ਹੀ ਜਾਂ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਹਨਾਂ ਨੇ ਇਸ ਗਠਨ ਦੇ ਨਾਲ ਜੁੜਨ ਦਾ ਜਿਹੜਾ ਟੀਚਾ ਜਿਹੜਾ ਸੀ ਉਹ ਮਿੱਥਿਆ ਇਮਰਖਲੋ ਇੱਕ ਬਹੁਤ ਹੀ ਸਿੱਖਿਆ ਲੈਣ ਵਾਲੀ ਤੇ ਬਹੁਤ ਹੀ ਇੰਟਰਸਟਿੰਗ ਗੱਲ ਹੈ ਕਿ ਜਦੋਂ ਉਹਨਾਂ ਨੇ ਆਪਣੀ ਜਿਹੜੀ ਪੋਸਟ ਗ੍ਰੈਜੂਏਸ਼ਨ ਸੀ ਵਿੱਚ ਛੱਡੀ ਜੀ ਤੇ ਉਹਨਾਂ ਦੇ ਮਾਮਾ ਜੀ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਜਿਹੜੀ ਪ੍ਰੋਵਿੰਸ਼ੀਅਲ ਸਰਵਿਸਿਜ਼ ਆ ਜਿਹਨੂੰ ਅਸੀਂ ਪੀਸੀਐਸ ਕਹਿੰਦੇ ਆ ਅੱਛਾ ਜੀ ਜੀ ਕਿ ਤੁਸੀਂ ਪੀਸੀਐਸ ਦਾ ਐਗਜ਼ਾਮ ਦਿਓ ਹਮ ਹਮ ਉਹਨਾਂ ਨੇ ਉਹ ਐਗਜ਼ਾਮ ਦਿੱਤਾ ਰਿਟਰਨ ਕਲੀਅਰ ਕੀਤਾ ਇੰਟਰਵਿਊ ਕਲੀਅਰ ਕੀਤੀ ਸਿਲੈਕਸ਼ਨ ਹੋ ਗਈ ਫਿਰ ਕਿਆ ਨਹੀਂ ਇਹ ਕੰਮ ਨਹੀਂ ਕਰਨਾ ਜੋਸੀ ਅੱਜ ਦੇ ਪਰਿਪੇਖਸ਼ ਦੇ ਚ ਇਸ ਨੂੰ ਦੇਖੀਏ ਤੇ ਕੋਈ ਬੱਚਾ ਇਹ ਸਾਰਾ ਕੁਝ ਕਰਨ ਤੋਂ ਬਾਅਦ ਕਵੇ ਪਾਸ ਹੋਣ ਤੋਂ ਬਾਅਦ ਸਿਲੈਕਸ਼ਨ ਹੋਣ ਤੋਂ ਬਾਅਦ ਕਹੇ ਮੈਂ ਨਹੀਂ ਕਰਨਾ ਜੀ ਬੜੀ ਆਡ ਲੱਗੇਗੀ ਲੇਕਿਨ ਕਿਤੇ ਕਲੈਰਿਟੀ ਆਫ ਥਾਟ ਕਿਤੇ ਇੱਕ ਐਸਾ ਥਾਟ ਕਿ ਮੈਂ ਕੁਝ ਹੋਰ ਕਰਨਾ ਅਚੀਵ ਕਰਨਾ ਦੇਸ਼ ਲਈ ਕਰਨਾ ਸ਼ਾਇਦ ਐਸਾ ਥਾਟ ਬੰਦੇ ਨੂੰ ਡਰਾਈਵ ਕਰਦਾ ਜੀ ਤੇ ਉਹਨਾਂ ਨੇ ਉਹ ਛੱਡਤਾ ਤੇ ਉਹਨਾਂ ਨੇ ਬੀਟੀ ਦੇ ਚ ਐਡਮਿਸ਼ਨ ਲੈ ਲਈ ਸੋ ਪਰਿਵਾਰ ਨੂੰ ਇਹ ਲੱਗਿਆ ਕਿ ਇਹਨਾਂ ਨੇ ਬੀਟੀ ਚ ਐਡਮਿਸ਼ਨ ਲੈਂਦੀ ਹੈ ਇਹ ਅਕੈਡੈਮਿਕਲੀ ਓਰੀਐਂਟਡ ਨੇ ਇਹ ਚਲੋ ਜਿੱਦਾਂ ਮੈਂ ਕਿਹਾ ਕਿ ਲੋਅਰ ਮਿਡਲ ਲੋਅਰ ਮਿਡਲ ਕਲਾਸ ਫੈਮਿਲੀ ਚੋਂ ਸੀ ਕਿ ਬੱਚਾ ਚਲੋ ਉਧਰ ਨਹੀਂ ਲਗਿਆ ਤੇ ਟੀਚਰ ਬਣ ਜਾਏਗਾ ਇੱਕ ਟੀਚਰ ਬਣ ਕੇ ਬੜੀ ਅੱਛੀ ਇੱਜ਼ਤ ਦੀ ਨੌਕਰੀ ਹੈ ਟੀਚਰ ਦੀ ਤੇ ਟੀਚਿੰਗ ਕਰੇਗਾ ਲੇਕਿਨ ਜਦੋਂ ਕਾਨਪੂਰ ਦੇ ਵਿੱਚ ਸੀਗੇ ਉਸ ਵੇਲੇ ਉਹਨਾਂ ਦਾ ਜਿਹੜਾ ਸੰਪਰਕ ਸੀ ਉਹਨਾਂ ਦੇ ਉੱਥੇ ਹੌਸਟਲ ਮੇਟਸ ਕਲਾਸਮੇਟਸ ਤੇ ਉਹ ਐਸੇ ਵੱਡੇ ਵੱਡੇ ਨਾਮ ਜਿੱਦਾਂ ਡਾਕਟਰ ਡਾਕਟਰ ਹੈਡਗੇਵਰ ਹੂੰ ਹੂੰ ਉਦਾਂ ਦੇ ਨਾਮਾਂ ਦੇ ਨਾਲ ਉਹਨਾਂ ਦਾ ਉੱਥੇ ਪਰਚੇ ਹੋਇਆ ਤੇ ਉਥੋਂ ਦੀ ਸ਼ਾਇਦ ਇੱਕ ਜਿਹੜੀ ਉਹ ਥਾਟ ਜਿਹੜਾ ਕਿ ਦੇਸ਼ ਦੇ ਲਈ ਰਾਸ਼ਟਰ ਦੇ ਲਈ ਆਪਣੇ ਆਪ ਨੂੰ ਸਮਰਪਿਤ ਕਰਨਾ ਜੀ ਉਹ ਥਾਟ ਉਥੇ ਡਵੈਲਪ ਹੋਇਆ ਉਥੇ ਉਹਨਾਂ ਦਾ ਇੱਕ ਇਵੈਂਟ ਦੇ ਵਿੱਚ ਵੀਰਸਾ ਵਰਕਰ ਦਾ ਉੱਥੇ ਆਣਾ ਹੋਇਆ ਉਹਨਾਂ ਨੇ ਵੀਰਸਾ ਵਰਕਰ ਨਾਲ ਮਿਲੇ ਉਥੇ ਸੋ ਐਸੇ ਉਗੇ ਨੈਸ਼ਨਲਿਸਟ ਦੇ ਨਾਲ ਜਦੋਂ ਉੱਠਣਾ ਬੈਠਣਾ ਰਹਿਣਾ ਹੋਇਆ ਤੇ ਉਹ ਜਿਹੜਾ ਥੋਟ ਸ਼ਾਇਦ ਪਹਿਲਾਂ ਹੀ ਹੋਣਾ ਮਨ ਦੇ ਚ ਐਸੀ ਕਰਕੇ ਉਹਨਾਂ ਨੇ ਪ੍ਰੋਵਿੰਸ਼ੀਅਲ ਸਰਵਿਸਿਜ਼ ਦੀ ਵੀ ਜੌਬ ਛੱਡਤੀ ਜੀ ਉਹ ਹੋਰ ਜ਼ਿਆਦਾ ਡਿਵੈਲਪ ਹੋ ਗਿਆ ਬਿਲਕੁਲ ਅਰ ਡਾਕਟਰ ਸਾਹਿਬ ਇੱਕ ਸਾਹਿਤਕ ਰੂਪ ਦੇ ਵਿੱਚ ਜੀਵਨ ਉਹਨਾਂ ਦਾ ਕਿਹੋ ਜਿਹਾ ਸੀ ਕਿਉਂਕਿ ਇੱਕ ਆਪ ਵੀ ਸਾਹਿਤਕਾਰ ਸੀ ਅਨੁਵਾਦਿਤ ਵੀ ਸੀ ਔਰ ਉਹਦੇ ਨਾਲ ਨਾਲ ਇੱਕ ਪੱਤਰਕਾਰ ਵੀ ਸੀ ਐਜ਼ ਅ ਪੱਤਰਕਾਰ ਜਾਂ ਇੱਕ ਸਾਹਿਤਕ ਵਾਦ ਉਹਨਾਂ ਦਾ ਜੀਵਨ ਜਿਹੜਾ ਸੀ ਉਹ ਕਿੱਦਾਂ ਦਾ ਰਿਹਾ ਕਉ ਉਹਨਾਂ ਨੇ ਆ ਰਾਈਟ ਫਰਮ ਦੀ ਬਿਗਨਿੰਗ ਬਹੁਤ ਸਾਰਾ ਕੰਮ ਐਸਾ ਕੀਤਾ ਆ ਪਰਟੀਕুলਰਲੀ ਜਦੋਂ ਮਹਾਤਮਾ ਗਾਂਧੀ ਜੀ ਦੀ ਅਸਾਸਿਨੇਸ਼ਨ ਹੋਈ ਹੈ ਜੀ ਉਸ ਵੇਲੇ ਆਰਐਸਐਸ ਬੈਨ ਹੋ ਗਈ ਸੀ ਕਿਉਂਕਿ ਇਨੀਸ਼ੀਅਲੀ ਇੱਕ ਐਸਾ ਥਾਟ ਦਿੱਤਾ ਗਿਆ ਦੇਸ਼ ਦੇ ਵਿੱਚ ਹਮਮ ਕਿ ਮਹਾਤਮਾ ਗਾਂਧੀ ਜੀ ਦੀ ਜਿਹੜੀ ਮੌਤ ਹੈ ਉਹਦਾ ਰਿਸਪੌਂਸਿਬਲ ਆਰਐਸਐਸ ਹੈ ਬਾਅਦ ਦੇ ਚੋਂ ਬਿਲਕੁਲ ਗਲਤ ਪ੍ਰੂਵ ਹੋ ਗਿਆ ਸੈਪਰੇਟ ਇਸ਼ੂ ਲੇਕਿਨ ਉਸ ਵੇਲੇ ਇਮੀਡੀਏਟ ਰਿਸਪਾਂਸ ਸੀ ਸਗਾ ਕਿ ਆਰਐਸਐਸ ਨੂੰ ਬਿਆਨ ਕਰ ਉਸ ਵੇਲੇ ਉਹ ਆਰਐਸਐਸ ਤੇ ਥਾਟ ਨੂੰ ਲਿਆਨ ਲਈ ਉਹਨਾਂ ਨੇ ਦੋ ਜਿਹੜੇ ਨਿਊਜ਼ਪੇਪਰਸ ਸੇਗੇ ਉਹ ਕਾਰਡੀਨ ਸ਼ੁਰੂ ਕੀਤੇ ਅੰਡਰਗਰਾਉਂਡ ਨਿਕਲ ਰਹੇ ਸੀ ਇੱਕ ਦਾ ਨਾਮ ਸੀ ਹਿਮਾਲਿਆ ਦੂਸਰੇ ਦਾ ਨਾਮ ਸੀ ਰਾਸ਼ਟ ਭਗਤ ਜੀ ਇਹ ਦੋ ਉਹਨਾਂ ਨੇ ਕੱਢੇ ਉਸੇ ਵੇਲੇ ਆਰਐਸਐਸ ਦਾ ਵੀ ਕਨਸਟੀਟਿਊਸ਼ਨ ਜਿਹੜਾ ਉਹ ਲਿਖਿਆ ਜਾ ਰਿਹਾ ਸੀ ਸੋ ਉਹਨਾਂ ਨੇ ਉਹ RSS ਦਾ ਕਨਸਟੀਟਿਊਸ਼ਨ ਲਿਖਣ ਦੇ ਵਿੱਚ ਵੀ ਪਾਰਟਿਸਿਪੇਟ ਕੀਤਾ ਇੱਕ ਹੋਰ ਇਨਸੀਡੈਂਟ ਜਿਹੜਾ ਬਹੁਤ ਹੀ ਇੰਟਰਸਟਿੰਗ ਹੈ ਉਹ ਇਹ ਹੈ ਕਿ ਉਸ ਵੇਲੇ ਇੱਕ ਫੀਲਿੰਗ ਐਸੀ ਸੀ ਕਿ ਜਿੰਨਾ ਵੀ ਲਿਟਰੇਚਰ ਅਵੇਲੇਬਲ ਹੋ ਰਿਹਾ ਬੱਚਿਆਂ ਨੂੰ ਉਹ ਸਾਰਾ ਵੈਸਟਰਨ ਥੋਟ ਦੇ ਨਾਲ ਇਨਫਲੂਐਂਸਡ ਹੈ ਜੇ ਇੰਡੀਅਨ ਵੀ ਹੈ ਤਾਂ ਵੀ ਉਹ ਕਿਤੇ ਨਾ ਕਿਤੇ ਪਿਓਰ ਫਾਰਮ ਦੇ ਵਿੱਚ ਨਹੀਂ ਮਿਲ ਰਿਹਾ ਕਿਉਂਕਿ ਜੋ ਵੀ ਆ ਰਿਹਾ ਉਹ ਬ੍ਰਿਟਿਸ਼ ਲੈਗੇਸੀ ਸਾਡੀ ਜੋ ਵੀ ਸੀ ਉਸ ਦੇ ਸਾਹਬ ਦਾ ਯਾਰ ਆ ਜੀ ਐਸੀ ਇੱਕ ਦਿਨ ਗੱਲ ਹੋਈ ਦਿਸ ਇਸ 1946 ਜੀ ਅਜੇ ਦੇਸ਼ ਗੁਲਾਮੀ ਸੀ ਸ਼ਾਇਦ ਮੰਨਣਾ ਮੁਸ਼ਕਲ ਹੋਵੇ ਕਿ ਉਹ ਇੱਕ ਰਾਤ ਬੈਠੇ ਤੇ ਉਹਨਾਂ ਨੇ ਸਵੇਰੇ ਇੱਕ ਨੋਵਲ ਸਮਰਾਟ ਚੰਦਰ ਗੁਪਤ ਹੂੰ ਉਹ ਲਿਖਤਾ ਤੇ ਕਿਹਾ ਜੀ ਇਹ ਮੈਂ ਦੇਖੋ ਇਹ ਠੀਕ ਹੈ ਸਬਦੇ ਪੜਨ ਦੇ ਲਈ ਅੱਜ ਜੇ ਅਸੀਂ ਦੇਖਦੇ ਹਾਂ ਤਾਂ ਸ਼ਾਇਦ ਸਾਡੇ ਕੋਲ ਗੂਗਲ ਹੈ ਸਭ ਕੁਝ ਹੈ ਰਾਤ ਨੂੰ ਬੈਠੋ ਤੇ ਕੱਟ ਪੇਸਟ ਕਰਕੇ ਸਵੇਰੇ ਤੱਕ ਕੁਝ ਵੀ ਬਣ ਜਾਂਦਾ ਜੀ ਲੇਕਿਨ ਉਹ ਕਿੰਨਾ ਹਾਈ ਲੈਵਲ ਆਫ ਇੰਟੈਲੈਕਟ ਹੋਏਗਾ ਆਦਮੀ ਦਾ ਜਿਨੇ ਇਸ ਚੀਜ਼ ਨੂੰ ਇੱਕ ਰਾਤ ਦੇ ਵਿੱਚ ਸਿੰਗਲ ਸੈਟਿੰਗ ਦੇ ਵਿੱਚ ਇੱਕ ਪੂਰਾ ਨੋਵਲ ਲਿਖਦਾ ਤੇ ਉਹ ਆਦਮੀ ਅੱਗੇ ਜਾ ਕੇ ਸਾਹਿਤਕਾਰ ਵੀ ਨਹੀਂ ਬਣਿਆ ਬਿਲਕੁਲ ਆਪਣੇ ਆਪ ਨੂੰ ਦੇਸ਼ ਨੂੰ ਸਮਰਪਿਤ ਕਰਤਾ ਜਿਹੜਾ ਆਦਮੀ ਐਸਾ ਕੰਮ ਕਰ ਸਕਦਾ ਉਹ ਕਿੰਨਾ ਉੱਚਾ ਸਾਹਿਤਕਾਰ ਬਣ ਸਕਦਾ ਸੀ 46 ਦੇ ਚੋਂ ਉਹਨਾਂ ਨੇ ਉਹ ਸਮਰਾਜ ਚੰਦਰ ਗੁਪਤ ਲਿਖਿਆ 47 ਦੇ ਵਿੱਚ ਉਹਨਾਂ ਨੇ ਇੱਕ ਹੋਰ ਐਸਾ ਹੀ ਨੋਵਲ ਲਿਖਿਆ ਜਗਤਗੁਰੂ ਸ਼ੰਕਰਾਚਾਰ ਜੀ ਸੋ ਜਗਤਗੁਰੂ ਸ਼ੰਕਰਾਚਾਰਾਂ ਦੀ ਜਿਹੜੀਆਂ ਟੀਚਿੰਗ ਸੀਗੀਆਂ ਉਹ ਸਭ ਕੁਝ ਸੀ ਕਿ ਉਹ ਵੀ ਆਮ ਜਨਤਾ ਤੱਕ ਬੱਚਿਆਂ ਤੱਕ ਯੂਥ ਤੱਕ ਪਾਰਟਿਕੂਲਰਲੀ ਯੂਥ ਤੱਕ ਪਹੁੰਚ ਸਕੇ ਉਹ ਸਾਰਾ ਉਸ ਨੋਵਲ ਦੇ ਵਿੱਚ ਉਹਨਾਂ ਨੇ ਉਹਨਾਂ ਨੇ ਦਿੱਤਾ ਜੀ ਕਾਫੀ ਉਹਨਾਂ ਨੇ ਉਸ ਨੂੰ ਆਰਐਸਐਸ ਦੇ ਨਾਲ ਵੀ ਕੋਰਿਲੇਟ ਕੀਤਾ ਜਿੱਦਾਂ ਜਗਤਗੁਰੂ ਸ਼ੰਕਰਾਚਾਰ ਸਿਗੇ ਉਹ 8 ਸਾਲ ਦੀ ਉਮਰ ਦੇ ਵਿੱਚ ਉਹ ਉਹਨਾਂ ਨੇ ਸੰन्यास ਲੈ ਲਿਆ ਸੀ ਹਮ ਹਮ ਜਦੋਂ ਕਿ ਸਾਡੀ ਜਿਹੜੀ ਆ ਇੰਡੀਅਨ ਸਿਸਟਮ ਹੈ ਪਰ ਉਹ ਨਾ ਉਹ ਕਹਿੰਦਾ ਕਿ ਪਹਿਲਾਂ ਤੁਸੀਂ ਯੂ نو ਬ੍ਰਹਮਚਾਰ ਰਿਆ ਫਿਰ ਗ੍ਰਸਤ ਹੈ ਫਿਰ ਐਦਾਂ ਕਰਕੇ ਵਨਪ੍ਰਸਤ ਤੱਕ ਪਹੁੰਚੋਗੇ ਤੁਸੀਂ ਸੋ ਵਨਪ੍ਰਸਤ ਬਹੁਤ ਲੇਟ ਆਉਂਦਾ ਲੇਕਿਨ ਉਹਨਾਂ ਨੇ ਸ਼ੰਕਰਾਚਾਰ ਨੇ ਕਿਹਾ ਕਿ ਮੇਰੇ ਲਈ ਕੋਈ ਐਸੀ ਮਜਬੂਰੀ ਨਹੀਂ ਹੈ ਕਿ ਮੈਂ 8 ਸਾਲ ਦੀ ਉਮਰ ਦੇ ਵਿੱਚ ਦੇਸ਼ ਦੇ ਲਈ ਨਹੀਂ ਨਿਕਲ ਸਕਦਾ ਉਸੇ ਤਰੀਕੇ ਸੰਗ ਦੇ ਲੋਕ ਵੀ ਛੋਟੀ ਉਮਰ ਤੋਂ ਪ੍ਰਚਾਰਕ ਨਿਕਲ ਕੇ ਦੇਸ਼ ਦੇ ਕੰਮ ਤੇ ਆਪਣਾ ਪਰਿਵਾਰ ਵਗੈਰਾ ਸਭ ਛੱਡ ਕੇ ਜੀ ਤੇ ਦੇਸ਼ ਦੇ ਕੰਮ ਤੇ ਨਿਕਲਦੇ ਅਸੀਂ ਪੈਰਲਲਸ ਵੀ ਡਰਾ ਕਰਤੇ ਉਹਨਾਂ ਨੇ ਮਤਲਬ ਉਸ ਨੂੰ ਸ਼ੰਕਰਾਚਾਰ ਦੇ ਜੋ ਟੀਚਿੰਗ ਸੀਗੀਆਂ ਉਹਨਾਂ ਨੂੰ ਕੰਟੈਂਪੋਰਰਾਈਜ਼ ਕੀਤਾ ਅੱਜ ਦੇ ਪਰਿਪੇਖਸ਼ ਦੇ ਚ ਲਿਆਂਦਾ ਜੀ ਉਹ ਉਹਨਾਂ ਨੇ ਲਿਖਿਆ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਸੰਨਿਆਸ ਇੱਕ ਚੀਜ਼ ਹੈ ਇੱਕ ਵਰਡ ਉਹਨਾਂ ਨੇ ਦਿੱਤਾ ਕਿ ਮੈਂ ਕਰਮ ਸੰਨਿਆਸ ਲੈ ਰਿਹਾ ਹੂੰ ਸੋ ਵਿਚ ਮੀਨ ਮੈਂ ਸਭ ਕੁਝ ਛੱਡ ਕੇ ਨਹੀਂ ਜਾ ਰਿਹਾ ਮੈਂ ਸੰਨਿਆਸ ਐਸਾ ਲੈ ਰਿਹਾ ਕਿ ਮੈਂ ਸਿਰਫ ਕਰਮ ਕਰਾਂਗਾ ਦੇਸ਼ ਦੇ ਲਈ ਕਰਾਂਗਾ ਆਪਣੇ ਲਈ ਨਹੀਂ ਕਰਾਂਗਾ ਮੈਂ ਔਰ ਪ੍ਰਲੋਭਨ ਸਾਰੇ ਛੱਡ ਰਿਆਂ ਲੇਕਿਨ ਕਰਮ ਮੈਂ ਕਰ ਹੀ ਜਾਵਾਂਗਾ ਜੀ ਬਿਲਕੁਲ ਵਾਕਿ ਉਹਨਾਂ ਨੇ ਕੀਤਾ ਸਾਰਾ ਕੁਝ ਦੇਸ਼ ਦੇ ਵਾਸਤੇ ਉਹਨਾਂ ਦਾ ਕਹਿਣਾ ਸੀ ਕਿ ਜੇਕਰ ਅਸੀਂ ਏਕਤਾ ਚਾਹੁੰਦੇ ਆ ਤਾਂ ਸਾਨੂੰ ਭਾਰਤੀ ਰਾਸ਼ਟਰਵਾਦ ਜਿਹੜੀ ਹੈ ਉਸ ਨੂੰ ਅਪਣਾਉਣਾ ਪਵੇਗਾ ਉਸ ਸਮੇਂ ਦੇ ਵਿੱਚ ਇਸ ਚੀਜ਼ ਦਾ ਕਹਿਣਾ ਕੀ ਕਾਰਨ ਸੀ ਮਤਲਬ ਕੀ ਸੋਚ ਸੀ ਉਹਨਾਂ ਦੀ ਸਾਂਸਕ੍ਰਿਤਿਕ ਰਾਸ਼ਟਰਵਾਦ ਦੀ ਗੱਲ ਕੀਤੀ ਉਹਨਾਂ ਨੇ ਭਾਰਤੀ ਰਾਸ਼ਟਰਵਾਦ ਕਹੋ ਜਾਂ ਸਾਂਸਕ੍ਰਿਤਿਕ ਰਾਸ਼ਟਰਵਾਦ ਕਿ ਬੇਸਿਕਲੀ ਇੰਡੀਆ ਦਾ ਜਿਹੜਾ ਇੱਕ ਕਨਸੈਪਟ ਆਫ ਨੇਸ਼ਨ ਆਫ ਇੰਡੀਆ ਦਾ ਜਿਹੜਾ ਹੈ ਜੀ ਉਹ ਇੱਕ ਅਸੀਂ ਇੱਕ ਸੰਸਕ੍ਰਿਤੀ ਹੈ ਸਾਡੀ ਅਸੀਂ ਉਸ ਸੰਸਕ੍ਰਿਤੀ ਦੇ ਬੇਸ ਤੇ ਇਹ ਇੱਕ ਦੇਸ਼ ਹੈ ਇਹ ਦੇਸ਼ ਇੱਕ ਭਾਸ਼ਾ ਦੇ ਉੱਤੇ ਨਹੀਂ ਹੈ ਇਹ ਦੇਸ਼ ਇੱਕ ਰਿਲੀਜੀਅਨ ਦੇ ਉੱਤੇ ਨਹੀਂ ਹੈ ਜੀ ਇਹ ਸਾਡੀ ਇੱਕ ਸਾਂਝੀ ਸੰਸਕ੍ਰਿਤੀ ਹੈ ਤੇ ਇਹ ਅਸੀਂ ਉਸ ਸਾਂਝੀ ਸੰਸਕ੍ਰਿਤੀ ਨੂੰ ਇਨਹੇਰਿਟ ਕੀਤਾ ਤੇ ਉਸ ਦੇ ਬੇਸਿਸ ਦੇ ਉੱਤੇ ਅਸੀਂ ਇਹ ਜੀ ਭਾਰਤ ਰਾਸ਼ਟਰ ਹੈ ਜੀ ਬਿਲਕੁਲ ਔਰ ਕੀ ਕਾਰਨ ਸੀ ਕਿ ਪੜ੍ਹਾਈ ਤੋਂ ਇੱਕਦਮ ਬਾਅਦ ਉਹਨਾਂ ਨੇ ਰਾਜਨੀਤੀ ਵਿੱਚ ਆਉਣ ਦਾ ਫੈਸਲਾ ਲਿਆ इवन ਜਦੋਂ ਤੁਸੀਂ ਜ਼ਿਕਰ ਵੀ ਕੀਤਾ ਪਹਿਲਾਂ ਕਿ ਨੌਕਰੀ ਛੱਡ ਕੇ ਉਹਨਾਂ ਨੇ ਕਿਹਾ ਕਿ ਮੈਂ ਇਹ ਮੈਂ ਸ਼ਾਇਦ ਮੇਰੇ ਮਤਲਬ ਦੀ ਨਹੀਂ ਹੈ ਜਾਂ ਮੇਰੇ ਵਾਸਤੇ ਨਹੀਂ ਬਣੀ ਹੋਈ ਕਾਰਨ ਕੀ ਸੀ ਉਹਨਾਂ ਦਾ ਇਸ ਚੀਜ਼ ਵਿੱਚ ਆਉਣ ਦਾ ਵੈਸੇ ਉਹ ਕਹਿੰਦੇ ਸੀ ਮੈਂ ਰਾਜਨੀਤੀ 'ਚ ਨਹੀਂ ਆ ਹਮਮ ਲੈਟ ਮੀ ਹੋ ਕੇ ਵੀ ਰਾਜਨੀਤੀ ਵਿੱਚ ਨਹੀਂ ਆ ਮੈਂ ਰਾਜਨੀਤੀ 'ਚ ਹੋ ਕੇ ਵੀ ਰਾਜਨੀਤੀ ਦੇ ਵਿੱਚ ਨਹੀਂ ਆ ਜੀ ਮੇਰਾ ਪਿਓਰ ਇਲੈਕਟੋਰਲ ਪੋਲਿਟਿਕਸ ਜਾਂ ਪੋਲਿਟਿਕਸ ਇਸ ਕਰਕੇ ਕਿਉਂਕਿ ਮੈਂ ਸੱਤਾ ਹਥਿਆਣੀ ਹੈ ਜੀ ਐਸਾ ਕੋਈ ਮੇਰਾ ਇੰਟਰਸਟ ਨਹੀਂ ਹੈ ਹਮਮ ਤੇ ਉਹਨਾਂ ਨੇ ਸਿੱਧਾ ਰਾਜਨੀਤੀ ਦੇ ਵਿੱਚ ਆਏ ਵੀ ਨਹੀਂ ਜਦੋਂ ਮੈਂ ਕਿਹਾ ਕਿ ਉਹ ਉਹਨਾਂ ਨੇ ਪਹਿਲਾਂ ਸੰਘ ਦੇ ਵਿੱਚ ਗਏ ਹਮਮ ਤੇ ਸੰਘ ਨਾਨ ਪੋਲਿਟিক্যাল ਆਊਟਫਿਟ ਹੈ ਇਨਫੈਕਟ ਉਹਨਾਂ ਨੇ ਇੱਕ ਇੱਕ ਜਦੋਂ ਉਹਨਾਂ ਦੇ ਕਜ਼ਨ ਸਿਗੇ ਉਹਨਾਂ ਨੇ ਲਿਖਿਆ ਵੀ ਤੁਸੀਂ ਵਾਪਸ ਆ ਜਾਓ ਹੁਣ ਮਾਮਾ ਜੀ ਦੀ ਤਬੀਅਤ ਠੀਕ ਨਹੀਂ ਹੈ ਜੀ ਉਹਨਾਂ ਨੂੰ ਦੇਖੋ ਦੇਖੋ ਆ ਕੇ ਉਹਨਾਂ ਨੇ ਕਿਹਾ ਮੈਂ ਹੁਣ ਸੰਗ ਦਾ ਸੰਗ ਦੇ ਰਸਤੇ ਤੇ ਚੱਲ ਰਿਹਾ ਇਹ ਇਹ ਕੋਈ ਪੋਲਿਟਿਕਲ ਆਊਟਫਿਟ ਨਹੀਂ ਹੈ ਇਹ ਦੇਸ਼ ਦੇ ਲਈ ਸਮਰਪਿਤ ਆਊਟਫਿਟ ਹੈ ਸੋ ਮੈਂ ਦੇਸ਼ ਦੇ ਲਈ ਸਮਰਪਿਤ ਹਾਂ ਸੋ ਉਸ ਵੇਲੇ ਜਦੋਂ 1951 ਦੇ ਵਿੱਚ ਸ਼ਾਮਾ ਪ੍ਰਸ਼ਾਦ ਮੁਖਰਜੀ ਨੇ ਸ਼ਾਮਾ ਪ੍ਰਸ਼ਾਦ ਮੁਖਰਜੀ ਉਹਨਾਂ ਦੀ ਮੀਟਿੰਗ ਹੋਈ ਡਾਕਟਰ ਹੱਡਗੇਵਾਰ ਦੇ ਨਾਲ ਉਹਨਾਂ ਨੇ ਰਿਅਲਾਈਜ਼ ਕੀਤਾ ਕਿ ਅਸੀਂ ਦੋਨੋਂ ਜੋ ਸੋਚ ਰਹੇ ਹਾਂ ਬੇਸਿਕਲੀ ਅਸੀਂ ਇੱਕ ਨੈਸ਼ਨਲਿਸਟਿਕ ਥੌਟ ਲੈ ਕੇ ਦੋਨੋਂ ਚੱਲ ਰਹੇ ਹਾਂ ਹਮਮ ਤਾਂ ਸ਼ਾਮਾ ਪ੍ਰਸ਼ਾਦ ਮੁਖਰਜੀ ਪਹਿਲਾ ਕੈਬਿਨੇਟ ਦੇ ਚ ਗਿਆ ਨੈਰੋ ਜੀ ਦੀ ਉਹਨਾਂ ਨੇ ਉਹ ਛੱਡ ਤੀ ਜੀ ਤੇ ਉਸ ਤੋਂ ਬਾਹਰ ਨਿਕਲ ਕੇ ਉਹ ਕਹਿੰਦੇ ਮੈਂ ਇੱਕ ਨੈਸ਼ਨਲਿਸਟ ਪਾਰਟੀ ਬਣਾਉਣਾ ਚਾਹੁੰਦਾ ਤਾਂ ਉਸ ਸੇਮ ਥਾਟ ਦੇ ਨਾਲ ਰਿਅਲਾਈਜ਼ਿੰਗ ਕਿ ਆਰਐਸਐਸ ਆਪਣਾ ਕੰਮ ਕਰੇਗੀ ਨੇਸ਼ਨ ਬਿਲਡਿੰਗ ਦਾ ਤੇ ਜਿਹੜੀ ਭਾਰਤੀ ਜਨ ਸੰਘ ਹੈ ਹੂੰ ਹੂੰ ਉਹ ਪੋਲਿਟੀਕਲ ਆਊਟਫਿਟ ਰਹੇਗੀ ਉਹਨਾਂ ਦੀ ਇੱਕ ਆਈਡੀਓਲੋਜੀ ਮਿਲ ਗਈ ਤੇ ਫਿਰ ਉਸ ਵੇਲੇ ਦਿਨਦਿਆ ਲੁਪਾਦਿਆ ਜੀ ਜਿਹੜੇ ਆ ਉਹ ਭਾਰਤੀ ਜਨ ਸੰਘ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਇਨ ਅ ਸਰਟਨ ਸੈਂਸ ਪੋਲਿਟਿਕਸ ਦੇ ਵਿੱਚ ਗਏ ਜੀ ਤੇ ਉਹਦੇ ਜਨਰਲ ਸਕੱਤਰ ਬਣੇ ਜੀ ਉਹ ਨਾ ਚਾਹਦੇ ਇਹ ਵੀ ਉਸ ਵਿੱਚ ਚਲੇਗੇ ਅਰ ਜੇ ਇੱਕ ਬੈਠਕ ਦੇ ਵਿੱਚ ਇੱਕ ਰਾਤ ਦੇ ਵਿੱਚ ਬੈਠ ਕੇ ਚੰਦਰ ਗੁਪਤ ਵਰਗਾ ਜਿਹੜਾ ਇੱਕ ਨੋਵਲ ਸੀ ਉਸ ਨੂੰ ਲਿਖ ਲੈਣਾ ਇੱਕ ਬੜੀ ਵੱਡੀ ਗੱਲ ਹੈ ਜਿ세 ਸੋਚੀਏ ਤੇ ਸਾਡੇ ਵਰਗੇ ਇੱਕ ਕਵਿਤਾ ਜਾਂ ਇੱਕ ਕਹਾਣੀ ਵੀ ਨਹੀਂ ਲਿਖ ਸਕਦੇ ਇੱਕ ਬੈਠਕ ਵਿੱਚ ਬੈਠ ਕੇ ਉਸ ਸਮੇਂ ਵਿੱਚ ਕਿਹੋ ਜਿਹਾ ਸਰਕਮਸਟੈਂਸਸ ਸੀ ਕਿਹੋ ਜਿਹਾ ਮਾਹੌਲ ਸੀ ਜਿਹੜਾ ਉਹਨਾਂ ਨੇ ਉਸ ਨੂੰ ਇੱਕ ਬੈਠਕ ਦੇ ਵਿੱਚ ਬੈਠ ਕੇ ਲਿਖ ਦਿੱਤਾ ਉਹ ਬੇਸਿਕਲੀ ਉਹੀ ਤੁਹਾਨੂੰ ਕਿਹਾ ਕਿ ਇੱਕ ਫੀਲਿੰਗ ਉਸ ਵੇਲੇ ਜਿੱਦਾਂ ਇੱਕ ਉਸ ਵੇਲੇ ਦਾ ਜਿਹੜਾ ਮੈਂ ਮੰਨਦਾ ਗੈਸੀ ਹੈ ਸਾਡਾ ਜੀ ਕਿ ਜਦੋਂ ਤੁਹਾਡੀ ਕੰਪਨੀ ਦੇ ਵਿੱਚ ਡਾਕਟਰ ਹੈਡਗੇਵਾਰ ਜਿਹੇ ਲੋਕ ਹੋਣਗੇ ਤਾਂ ਇੱਕ ਜਿਹੜੇ ਪੋਲ ਪੋਲੀਟੀਕਲ ਜਾਂ ਜਿਹੜੀ ਉਸ ਵੇਲੇ ਲੈਵਲ ਆਫ ਡਿਸਕਸ਼ਨ ਹੋਏਗਾ ਹਮਮ ਐਸੇ ਲੋਕਾਂ ਦੇ ਵਿੱਚ ਬਹੁਤ ਉੱਚਾ ਲੈਵਲ ਆਫ ਡਿਸਕਸ਼ਨ ਹੋਏਗਾ ਤੇ ਜਦੋਂ ਉਸ ਵੇਲੇ ਥਾਟ ਆਇਆ ਕਿ ਐਸਾ ਕੁਝ ਵੀ ਮਟੀਰੀਅਲ ਨਹੀਂ ਹੈ ਜਿਹਦੇ ਨਾਲ ਅਸੀਂ ਆਉਣ ਵਾਲੀ ਪੀੜ੍ਹੀਆਂ ਨੂੰ ਪ੍ਰੇਰਿਤ ਕਰ ਸਕੀਏ ਜਿਹੜਾ ਅਨਇਨਫਲੂਐਂਸਡ ਹੋਏ ਪਿਓਰ ਇੰਡੀਅਨ ਉਹ ਦੇ ਸਕੇ ਸ਼ਾਇਦ ਉਸ ਨੇ ਉਹਨਾਂ ਨੂੰ ਐਸੀ ਪ੍ਰੇਰਣਾ ਦਿੱਤੀ ਤੇ ਇੱਕ ਅੰਦਰ ਸਾਹਿਤਕਾਰ ਤੇ ਅਸੀਂ ਬਾਅਦ ਦੇ ਵਿੱਚ ਵੀ ਉਹਨਾਂ ਨੇ ਤੁਸੀਂ ਪੁੱਛ ਰਹੇ ਸੀ ਬਾਅਦ ਚ ਵੀ ਉਹਨਾਂ ਨੇ ਦੋ ਇੱਕ ਮੰਥਲੀ ਮੈਗਜ਼ੀਨ ਇੱਕ ਮੰਥਲੀ ਨਿਊਜ਼ਪੇਪਰ ਕੱਢਿਆ ਜਿਹਦਾ ਨਾਮ ਸੀ ਰਾਸ਼ਟਧਰਮ ਇੱਕ ਵੀਕਲੀ ਨਿਊਜ਼ਪੇਪਰ ਕੱਢਿਆ ਪੰਜ ਜਨ ਜਿਹੜਾ ਹੁਣ ਤੱਕ ਚੱਲ ਰਿਹਾ ਤੇ ਇਹ 1945 ਤੋਂ ਚੱਲ ਰਿਹਾ ਸੋ ਐਨੀ ਦੇਰ ਤੋਂ ਉਹ ਵਾਲਾ ਨਿਊਜ਼ਪੇਪਰ ਹੁਣ ਤੱਕ ਚੱਲ ਰਿਹਾ ਪੰਜ ਜਨ ਉਹਦੇ ਵਿੱਚ ਥੌਟ ਆਉਂਦਾ ਰਿਹਾ ਜਦੋਂ ਅ ਲਾਲ ਬਹਾਦਰ ਸ਼ਾਸਤਰੀ ਨੇ ਜਾ ਕੇ ਤਾਸ਼ਕਨ ਦੇ ਵਿੱਚ ਇੱਕ ਤਾਸ਼ਕਨ ਸਮਝੌਤਾ ਕੀਤਾ ਸੀਗਾ ਤੇ ਉਸ ਨੂੰ ਇਹਨਾਂ ਨੇ اپੋਜ਼ ਕੀਤਾ ਕਿ ਇਹ ਗਲਤ ਹੋਇਆ ਜੋ ਇੰਡੀਅਨ ਫੋਰਸਿਜ਼ ਨੇ ਜੋ ਵੀ ਐਡਵਾਂਸ ਕੀਤਾ ਸੀ ਜੋ ਵੀ ਆਪਣਾ ਆਪਣਾ ਜੋ ਆਪਣੀ ਜ਼ਮੀਨ ਵਾਪਸ ਜਿੱਤੀ ਸੀਗੀ ਉਹਨੂੰ ਤੁਸੀਂ ਵਾਪਸ ਕਰਤਾ ਇਹ ਗਲਤ ਹੈ ਲਾਲ ਬਹਾਦਰ ਸ਼ਾਸਤਰੀ ਦੀ ਇਮੀਡੀਏਟਲੀ ਡੈਥ ਹੋ ਗਈ ਸੀ ਲੇਕਿਨ ਉਸ ਵੇਲੇ ਵੀ ਇਹਨਾਂ ਨੇ ਇੱਕ ਹੋਰ ਬੁੱਕ ਲਿਖੀ ਸੀ ਜਿਹਦਾ ਨਾਮ ਸੀ ਵਿਸ਼ਵਾਸਘਾਤ ਜੀ 1968 ਦੇ ਵਿੱਚ ਉਹਨਾਂ ਨੇ ਉਹ ਵੀ ਲਿਖੀ ਸੋ ਇੱਕ ਆਈ ਥਿੰਕ ਕਿਤੇ ਅੰਦਰ ਉਹ ਇੱਕ ਬਹੁਤ ਉੱਗੇ ਸਾਹਿਤਕਾਰ ਜ਼ਰੂਰ ਸੀਗੇ ਲੇਕਿਨ ਉਹਨਾਂ ਨੇ ਇੱਕ ਹੋਰ ਵੀ ਵੱਡਾ ਆਪਣੇ ਅੱਗੇ ਟੀਚਾ ਰੱਖ ਲਿਆ ਤੇ ਉਸ ਨੂੰ ਸ਼ਾਇਦ ਉਹਨਾਂ ਪਨਪਨ ਨਹੀਂ ਦਿੱਤਾ ਦੇ ਨਹੀਂ ਪਾਈ ਬਿਲਕੁਲ ਔਰ ਭਾਰਤੀ ਜਨ ਸੰਘ ਦੀ ਸਥਾਪਨਾ ਜਿਹੜੀ ਸੀ ਉਹ ਕਦੋਂ ਤੇ ਕਿੱਦਾਂ ਹੋਈ ਉਸ ਸਮੇਂ ਦੇ ਵਿੱਚ ਤੁਹਾਨੂੰ ਦੱਸਾਂ ਜੀ 1951 ਦੇ ਵਿੱਚ ਉਹ ਹੋਈ ਸੀ ਤੇ ਉਹ ਦੇ ਫਾਊਂਡਰ ਜਨਰਲ ਸੈਕਟਰੀ ਬਣੇ ਐਜ਼ ਅ ਫਾਊਂਡਰ ਰਹੇ ਐਜ਼ ਅ ਫਾਊਂਡਰ ਜਨਰਲ ਸੈਕਟਰੀ ਬਣੇ ਜੀ ਤੇ 1967 ਤੱਕ ਦਸੰਬਰ 1967 ਤੱਕ ਉਹ ਦੇ ਜਨਰਲ ਸੈਕਟਰੀ ਰਹੇ ਤੇ ਦਸੰਬਰ 1967 ਦੇ ਵਿੱਚ ਉਹ ਭਾਰਤੀ ਜਨ ਸੰਗ ਦੇ ਪ੍ਰੈਜ਼ੀਡੈਂਟ ਬਣੇ ਜੀ ਤੇ ਲੇਕਿਨ ਅਨਫੋਰਚਨਟਲੀ ਸਿਰਫ 43 ਦਿਨ ਲਈ ਉਹ ਪ੍ਰੈਜ਼ੀਡੈਂਟ ਰਹਿ ਪਾਏ ਜਨ ਸੰਗ ਦੇ ਉਹ ਮਿਸਟੀਰੀਅਸ ਸਰਕਮਸਟੈਂਸਸ ਸੀ ਕਿ ਮੋਗਲਸਰਾਏ ਸਟੇਸ਼ਨ ਤੇ ਉਹਨਾਂ ਦੀ ਬੋਡੀ ਮਿਲੀ ਬਿਲਕੁਲ ਸੋ ਉਹ ਹਜੇ ਵੀ ਨਹੀਂ ਪਤਾ ਲੱਗਿਆ ਕਿਸ ਨੂੰ ਵੀ ਪਤਾ ਨਹੀਂ ਲੱਗਾ ਅਜੇ ਤੱਕ ਨਹੀਂ ਪਤਾ ਲੱਗਾ ਅੱਛਾ ਉਹ ਜਿਹੜੀਆਂ ਉਹਨਾਂ ਦੀਆਂ ਆਪਣੀਆਂ ਪਾਲਿਸੀਸ ਸੀ ਆਪਣੇ ਥਾਟਸ ਸੀ ਬੜੇ ਅਲੱਗ ਸੀ ਸਭ ਤੋਂ ਤੇ ਉਹਦੇ ਵਿੱਚ ਇਕਨੋਮਿਕ ਜਿਹੜਾ ਆਰਥਿਕ ਪੱਖ ਸੀ ਕਹਿ ਸਕਦੇ ਆ ਉਹਦੇ ਪ੍ਰਤੀ ਉਹਨਾਂ ਦੇ ਵਿਚਾਰ ਕਿਹੋ ਜਿਹੇ ਸਨ ਕੋਈ ਆਰਥਿਕ ਉਸ ਵੇਲੇ ਦਿਨਦੇਵਾਲ ਜੀ ਦਾ ਥਾਟ ਜਿਹੜਾ ਸੀ ਉਹ nehru ਜੀ ਦੇ ਥਾਟ ਤੋਂ ਬਿਲਕੁਲ ਅੱਡ ਸੀਗਾ ਜੀ ਨਹਿਰੂ ਜੀ ਦਾ ਥਾਟ ਜਿਹੜਾ ਕਿਉਂਕਿ ਨਹਿਰੂ ਜੀ ਦੀ ਵੈਸਟਰਨ ਐਜੂਕੇਸ਼ਨ ਸੀ ਜੀ ਕਾਫੀ ਵੈਸਟਰਨ ਇਨਫਲੂਐਂਸ ਸੀ ਉਹ ਮਹਿਲਾ ਨੋਬਿਸ ਮਾਡਲ ਕਹਿੰਦੇ ਆ ਜਿਹੜਾ ਉਹਨਾਂ ਨੇ ਅਡਾਪਟ ਕੀਤਾ ਜੀ ਸੋ ਜਿਹਦੇ ਵਿੱਚ ਬੇਸਿਕ ਥਾਟ ਇਹ ਸੀਗਾ ਕਿ ਕੁਝ ਵੱਡੀ ਇੰਡਸਟਰੀ ਨੂੰ ਪ੍ਰੋਮੋਟ ਕੀਤਾ ਜਾਏ ਜਿੱਦਾਂ ਉਸਲੇ ਵੱਡੇ ਵੱਡੇ ਪਬਲਿਕ ਸੈਕਟਰ ਲਗਾਏ ਗਏ ਐਸੀ ਵੱਡੀ ਇੰਡਸਟਰੀ ਨੂੰ ਪ੍ਰੋਮੋਟ ਕੀਤਾ ਜਾਏ ਜਿੱਥੇ ਤੱਕ ਦੀਨਦਿਆਲ ਜੀ ਦਾ ਥਾਟ ਸੀਗਾ ਉਹ ਇਹ ਸੀ ਕਿ ਸਾਨੂੰ ਇੰਡੀਵਿਜੂਅਲੀ ਸਾਨੂੰ ਕੋ ਆਪਣੀ ਕੋਰ ਸਾਡੀ ਸਟਰੈਂਥ ਜੋ ਹੈ ਤੇ ਉਹਨਾਂ ਦਾ ਉਹ ਥੌਟ ਪ੍ਰੋਸੈਸ ਇਹ ਸੀ ਕਿ ਜਿਹੜਾ ਉਹ ਥੌਟ ਵੈਸਟਰਨ ਥੌਟ ਹੈ ਵੈਸਟਰਨ ਥੌਟ ਮੈਕਨਾਈਜ਼ੇਸ਼ਨ ਦਾ ਥੌਟ ਹੈ ਕਿਉਂਕਿ ਉਹਨਾਂ ਕੋਲ ਪੋਪੂਲੇਸ਼ਨ ਘੱਟ ਹੈ ਜੀ ਸਾਡੇ ਕੋਲ ਪੋਪੂਲੇਸ਼ਨ ਜ਼ਿਆਦਾ ਹੈ ਸੋ ਸਾਡਾ ਜਿਹੜਾ ਇਕਨੋਮਿਕ ਥੌਟ ਹੋਣਾ ਚਾਹੀਦਾ ਉਹ ਸਾਡੇ ਸਰਕਮਸਟੈਂਸਸ ਸਾਡੇ ਥੌਟ ਦੇ ਨਾਲ ਹੋਣਾ ਚਾਹੀਦਾ ਸੁਦੇਸ਼ੀ ਨੂੰ ਸਾਨੂੰ ਪ੍ਰਮੋਟ ਕਰਨਾ ਚਾਹੀਦਾ ਸਮਾਲ ਇੰਡਸਟਰੀ ਨੂੰ ਕਾਟੇਜ ਇੰਡਸਟਰੀ ਨੂੰ ਸਮਾਲ ਇੰਡਸਟਰੀ ਨੂੰ ਬਹੁਤ ਸਾਰੀ ਸਮਾਲ ਇੰਡਸਟਰੀ ਨੂੰ ਪ੍ਰਮੋਟ ਕਰਕੇ ਉਹਨੂੰ ਸਪੋਰਟ ਦਿੱਤੀ ਜਾਵੇ ਤੇ ਉਸ ਨੂੰ ਪ੍ਰਮੋਟ ਕੀਤਾ ਜਾਵੇ ਜੀ ਐਸਾ ਇੱਕ ਥਾਟ ਉਹਨਾਂ ਦਾ ਸੀਗਾ ਕਿਉਂਕਿ ਹਰ ਵੇਲੇ ਮੈਂ ਮੰਨਦਾ ਕਿ ਉਹਨਾਂ ਨੇ ਜਦੋਂ ਪੋਲਿਟਿਕਸ ਦੇ ਵਿੱਚ ਵੀ ਐਸ ਜਨਰਲ ਸਕੱਤਰ ਕਨ ਅਨੀ देयर ਕੰਮ ਕੀਤਾ 16 ਸਾਲ ਕੰਮ ਕੀਤਾ ਉਹਨਾਂ ਨੇ ਕਿਤੇ ਵੀ ਬਹੁਤ ਐਸੇ ਮੌਕੇ ਆਏ ਕਿ ਉਹ ਉਸ ਵੇਲੇ ਕਾਂਗਰਸ ਜੋ ਪ੍ਰਡੋਮਿਨੈਂਟ ਪਾਰਟੀ ਸੀਗੀ ਤੇ ਹੋਰ ਬਹੁਤ ਸਾਰੀਆਂ ਪਾਰਟੀਆਂ ਬੇਸਿਕ ਥਾਟ ਇਹ ਸੀਗਾ ਕਿ ਇਕੱਠੇ ਹੋ ਕੇ ਕਿਸੇ ਤਰੀਕੇ ਕਾਂਗਰਸ ਨੂੰ ਹਰਾਇਆ ਜਾਏ ਜਾਂ ਲੇਕਿਨ ਜਿੱਥੇ ਆਈਡੀਓਲੋਜੀ ਨਹੀਂ ਮਿਲੀ ਉਹਨਾਂ ਨੇ ਕਿਤੇ ਵੀ ਅਸੀਂ ਕੋਈ ਅਲਾਈਅੰਸ ਨਹੀਂ ਕੀਤਾ ਜੀ ਆਪਣੇ ਵਰਕਰਸ ਨੂੰ ਇਹ ਕਿਹਾ ਕਿ ਅਸੀਂ ਸਹਜੇ-ਸਹਜੇ ਚਲਾਂਗੇ ਆਪਣੇ ਪ੍ਰਿੰਸੀਪਲਸ ਤੋਂ ਨਹੀਂ ਹਟਾਂਗੇ ਪ੍ਰਿੰਸੀਪਲਸ ਦੇ ਉੱਤੇ ਰਵਾਂਗੇ ਤੇ ਸਾਨੂੰ ਇੱਕ ਦਿਨ ਇਸ ਲੌਂਗ ਟਰਮ ਦੇ ਵਿੱਚ ਸਾਨੂੰ ਸਕਸੈਸ ਮਿਲੇਗੀ ਉਹੀ ਥਾਟ ਮੈਂ ਸਮਝਦਾ ਕਿ ਉਹਨਾਂ ਦਾ ਇਕਨੋਮਿਕ ਥਾਟ ਵੀ ਇਹੀ ਸੀ ਕਿ ਜੋ ਕਵਿਕ ਫਿਕਸ ਹੈ ਇਮੀਡੀਏਟ ਫੋਰਨ ਇਨਵੈਸਟਮੈਂਟ ਲੈ ਆਨੀ ਆ ਉਸ ਤਰੀਕੇ ਦਾ ਕੰਮ ਕਰਨਾ ਉਹ ਇਮੀਡੀਏਟ ਰਿਜ਼ਲਟ ਤੇ ਦੇ ਦੇਗਾ ਲੇਕਿਨ ਲੌਂਗ ਟਰਮ ਦੇ ਵਿੱਚ ਅਸੀਂ ਦੇਖ ਰਹੇ ਹਾਂ ਹੁਣ ਕੀ ਹੋ ਰਿਹਾ ਕਿ ਉਹ ਮਾਸ ਸਕੇਲ ਮਾਈਗ੍ਰੇਸ਼ਨ ਹੋ ਗਈ ਰੂਰਲ ਏਰੀਆਜ਼ ਤੋਂ ਸਿਟੀਜ਼ ਦੇ ਵਿੱਚ ਸਿਟੀਜ਼ ਓਵਰਕਰਾਊਡ ਹੋ ਗਈਆਂ ਫਾਰਮਿੰਗ ਸੈਕਟਰ ਸਫਰ ਕਰ ਗਿਆ ਇੰਡੀਆ ਜਿਹੜੀ ਅਗਰੀਅਰੀਅਨ ਇਕਨੋਮੀ ਸੀ ਉਹ ਫਾਰਮਿੰਗ ਸੈਕਟਰ ਉਹਨਾਂ ਪ੍ਰਮੋਟ ਨਹੀਂ ਹੋ ਪਾਇਆ ਸੋ ਜੇ ਅਸੀਂ ਉਸ ਵੇਲੇ ਫਾਰਮਿੰਗ ਸੈਕਟਰ ਨੂੰ ਤੇ স্মল স্কেল ਇੰਡਸਟਰੀ ਤੇ ਜ਼ਿਆਦਾ ਫੋਕਸ ਕਰਦੇ ਸਾਡੀ ਜਿਹੜੀ ਸਕਿੱਲ ਹੈ ਉਸ ਤੇ ਜ਼ਿਆਦਾ ਫੋਕਸ ਕਰਦੇ ਬਹੁਤ ਸਕਿੱਲਸ ਹੀ ਇੰਡੀਆ ਦੇ ਵਿੱਚ ਉਸ ਤੇ ਫੋਕਸ ਕਰਦੇ ਥੈਟ ਵਾਸ ਏਨ ਆਲਟਰਨਟ ਇਕਨੋਮਿਕ ਮਾਡਲ ਵਿਚ ਹੀ ਵਾਸ ਗਿਵਿੰਗ ਬਿਲਕੁਲ ਅ ਫੋਰਨ ਪੋਲਿਸੀ ਦੇ ਬਾਰੇ ਕੀ ਵਿਚਾਰ ਸੀ ਉਹਨਾਂ ਦੇ ਫੋਰਨ ਪੋਲਿਸੀ ਵਿਚ ਇਜ਼ ਬੇਸਿਕਲੀ ਇਕਨੋਮਿਕ ਐਂਡ ਫੋਰਨ ਪੋਲਿਸੀਜ਼ ਗੋਟ ਟੁਗੇਦਰ ਬਿਲਕੁਲ ਸੈਲਫ ਰਿਲਾਇੰਸ ਹੁਣ ਜਿੱਦਾਂ ਉਹਨਾਂ ਨੇ ਆਪਣੇ ਬੜੇ ਕਲੀਅਰ ਥਾਟਸ ਉਸ ਵੇਲੇ ਵੀ ਉਸ ਵੇਲੇ ਬੜੇ ਕਲੀਅਰ ਥਾਟਸ ਜਿੱਦਾਂ ਨਿਊਕਲੀਅਰ ਬੰਬ ਹੈ ਜੀ ਉਹਦੇ ਉੱਤੇ ਬੜੇ ਕਲੀਅਰ ਥਾਟਸ ਦਿੱਤੇ ਕਿ ਜਿਹੜੇ ਵੱਡੇ ਦੇਸ਼ਾਂ ਨੇ ਹੁਣ ਨਿਊਕਲੀਅਰ ਬੰਬ ਬਣਾ ਲਿਆ ਉਹ ਕਹ ਰਹੇ ਵੀ ਬਾਤੀ ਨਾ ਬਣਾਓ ਜੀ ਜੇ ਇਹ ਹੈ ਕਿ ਦੁਨੀਆ ਤਬਾਹ ਹੋ ਜਾਏਗੀ ਤਾਂ ਉਹਨਾਂ ਕੋਲ ਇੰਨਾ ਇਸ ਵੇਲੇ ਨਿਊਕਲੀਅਰ ਬੰਬ ਹੈ ਕਿ ਸਾਰੀ ਦੁਨੀਆ ਫਿਰ ਵੀ ਤਬਾਹ ਹੋ ਸਕਦੀ ਹੈ ਲੇਕਿਨ ਜੇ ਅਸੀਂ ਆਪਣੇ ਆਪ ਦੇ ਵਿੱਚ ਸਟਰੋਂਗ ਨਹੀਂ ਹੋਵਾਂਗੇ ਅਸੀਂ ਯੂਜ਼ ਕਿਉਂ ਕਰਨਾ ਲੇਕਿਨ ਉਹਨਾਂ ਨੂੰ ਵੀ ਐਸੀ ਕਰਕੇ ਚਾਹੀਦਾ ਜਿਉਂ ਉਹਨਾਂ ਨੇ ਯੂਜ਼ ਨਹੀਂ ਕਰਨਾ ਸਾਨੂੰ ਵੀ ਬਣਾਉਣਾ ਚਾਹੀਦਾ ਬਣਾ ਕੇ ਰੱਖਣਾ ਚਾਹੀਦਾ ਇੱਕ ਡੈਟਰੈਂਟ ਰਹੇਗਾ ਯੂਜ਼ ਕਰਨਾ ਜ਼ਰੂਰੀ ਨਹੀਂ ਹੈ ਲੇਕਿਨ ਇੱਕ ਪਾਵਰ ਅਸੀਂ ਆਪਣੇ ਆਪ ਦੇ ਛੋਵਾਂਗੇ ਸਿਮਿਲਰਲੀ ਬੜਾ ਇੱਕ ਸਟਰੋਂਗ ਰੋਲ ਉਹਨਾਂ ਨੇ ਪਲੇ ਕੀਤਾ 1965 ਦੇ ਵਿੱਚ ਪਾਕਿਸਤਾਨ ਨੇ ਰਨ ਆਫ ਕચ્છ ਦੇ ਚ ਇਨਵੇਸ਼ਨ ਕੀਤੀ ਉਸ ਵੇਲੇ ਬੀਐਸਐਫ ਗਾਰਡ ਕਰ ਰਹੀ ਸੀ ਉਹ ਕਾਫੀ ਅੰਦਰ ਤੱਕ ਆ ਗਏ ਫਿਰ ਆਰਮੀ ਨੇ ਟੇਕਓਵਰ ਕੀਤਾ ਉਹਨਾਂ ਨੂੰ ਪੁਸ਼ ਬੈਕ ਕੀਤਾ ਹਮ ਹਮ ਇੱਕ ਕੱਚ ਸਮਝੋਤਾ ਹੋਇਆ ਲੇਕਿਨ ਉਹ ਠੀਕ ਨਹੀਂ ਹੋਇਆ ਉਸ ਨੂੰ ਅਪੋਜ਼ ਕੀਤਾ ਬੜੀ ਸਟਰੋਂਗਲੀ ਬਾਅਦ ਵਿੱਚ ਉਸ ਨੂੰ ਕੈਨਸਲ ਕਰਵਾਇਆ ਕਿਉਂਕਿ ਉਹ ਕਸ਼ਮੀਰ ਦਾ ਇਸ਼ੂ ਆ ਗਿਆ ਪਾਕਿਸਤਾਨ ਨੇ ਉਹ ਛਾਂਬੂ ਸੈਕਟਰ ਦੇ ਵਿੱਚ ਇਨਵੇਡ ਕੀਤਾ ਜੀ ਉਸ ਤੋਂ ਬਾਅਦ ਤਾਸ਼ਕਨ ਦੇ ਗਾਡ ਹੋਣਾ ਸੀ ਇਹਨਾਂ ਨੇ ਕਿਹਾ ਕਿ ਤਾਸ਼ਕਨ ਦੇ ਗਾਡ ਅਸੀਂ ਨਹੀਂ ਕਰਨਾ ਕਿਉਂਕਿ ਅੰਡਰ ਤਾਸ਼ਕਨ ਦੇ ਗਾਡ ਜੋ ਵੀ ਇੰਡੀਅਨ ਫੋਰਸਿਜ਼ ਨੇ ਵਿਕਟਰੀ ਗਿੱਤੀ ਸੀ ਆਪਣੇ ਆਪਣੀ ਜ਼ਮੀਨਾਂ ਵਾਪਸ ਜਿੱਤੀਆਂ ਸੀ ਹਮਮ ਪਾਕਿਸਤਾਨ ਓਕਿਪਾਈਡ ਕਸ਼ਮੀਰ ਤੋਂ ਉਹ ਛੱਡਣੀਆਂ ਪਈਆਂ ਔਰ ਉਸੇ ਟਾਈਮ ਦੇ ਵਿੱਚ ਜਿਹੜੀਆਂ ਸਟੇਟ ਰੀਆਰਗੇਨਾਈਜ਼ ਹੋਈਆਂ ਸੀ ਉਸ ਬਾਰੇ ਜਿਹੜਾ ਪੰਨੇ ਦੀਨਦੀਆਲੋ ਪਾਦੇ ਜੀ ਦਾ ਕੀ ਵਿਚਾਰ ਸੀ ਸਟੇਟਸ ਦੀ ਰੀਆਰਗੇਨਾਈਜੇਸ਼ਨ ਐਕਚੁਅਲੀ ਉਸ ਤੋਂ ਕਾਫੀ ਪਹਿਲਾਂ ਦਾ ਹੈ ਬਿਕੋਜ਼ ਸਟੇਟਸ ਰੀਆਰਗੇਨਾਈਜੇਸ਼ਨ ਤਾਂ ਇਮੀਡੀਏਟਲੀ ਆਫਟਰ ਇੰਡੀਪੈਂਡੈਂਸ ਹੋਈ ਸੀ ਇਹ ਤੇ ਆਪਾਂ ਗੱਲ 1965 ਦੀ ਕਰ ਰਹੇ ਹੂੰ ਉਸ ਵੇਲੇ ਫਾਰ ਇਗਜ਼ਾਮਪਲ ਦਿਨਦਲ ਉਪਾਧਿਆ ਜੀ ਬਿਲਕੁਲ ਅਪੋਜ਼ਡ ਸੀਗੇ ਪਹਿਲਾਂ ਤੇ ਉਹ ਜਿਹੜੀ ਟੂ ਨੇਸ਼ਨ ਥਿਊਰੀ ਜਿਹੜੀ ਕਾਂਗਰਸ ਨੇ ਮੰਨ ਲਈ ਸੀ ਜੀ ਉਹ ਇਸ ਤੋਂ ਅਪੋਜ਼ਡ ਸੀਗੇ ਉਹ ਸੀ ਬੇਸ ਦੇ ਉੱਤੇ ਜਦੋਂ ਕਸ਼ਮੀਰ ਵੀ ਕਸ਼ਮੀਰ 'ਚ ਵੀ ਜਦੋਂ ਇਨਵੇਸ਼ਨ ਹੋਈ ਤਾਂ ਉਹਨਾਂ ਨੇ ਇਹੀ ਕਿਹਾ ਕਿ इंडिया ਗਲਤ ਕਰ ਰਿਹਾ ਅਸੀਂ ਨੂੰ ਇਹ ਸੋਚ ਰਹੇ ਹਾਂ ਕਿ ਕਸ਼ਮੀਰ ਇਨਵੇਡ ਹੋਇਆ ਕਸ਼ਮੀਰ ਨਹੀਂ ਇਨਵੇਡ ਹੋਇਆ इंडिया ਇਨਵੇਡ ਹੋਇਆ ਮਹਾਰਾਜਾ ਹਰੀ ਸਿੰਘ ਨੇ ਅਨੈਕਸ ਨੇਕਸੇਸ਼ਨ ਆਫ ਡਾਕੂਮੈਂਟ ਸਾਈਨ ਕਰਕੇ ਆਪਣੇ ਆਪ ਨੂੰ ਇੰਡੀਆ ਦੇ ਨਾਲ ਜੋੜਿਆ ਕਿ ਉਹ ਇੰਡੀਆ ਦੇ ਨਾਲ ਜੋੜਿਆ ਟੂ ਨੇਸ਼ਨ ਥਿਉਰੀ ਸਾਡੀ ਕੋਈ ਟੂ ਨੇਸ਼ਨ ਥਿਉਰੀ ਨਹੀਂ ਹੈ ਇੰਡੀਆ ਦੇ ਵਿੱਚ ਸਾਰੇ ਇੰਡੀਅਨਸ ਨੇ ਕੋਈ ਕੋਈ ਰਿਲੀਜੀਅਨ ਨਹੀਂ ਹੈ ਤੇ ਜੋ ਵੀ ਡਿਵੀਜ਼ਨ ਹੋਇਆ ਉਹ ਜੀ ਰਿਲੀਜੀਅਸ ਗਰਾਉਂਡਸ ਤੇ ਹੋਇਆ ਜੀ ਉਹ ਹੋਇਆ ਨਹੀਂ ਹੈ ਕਿਉਂਕਿ ਅਸੀਂ ਸਾਡੇ ਮੁਸਲਮ ਪਰ ਆ ਹੁਣ ਵੀ ਹਿੰਦੁਸਤਾਨ ਚ ਰਹ ਰਹੇ ਹਾਂ ਸਾਡਾ ਪਾਰਟ ਹਮਮ ਸੋ ਪਾਕਿਸਤਾਨ ਕਲੇਮ ਕਰ ਰਿਹਾ ਹੈ ਕਿ ਕਸ਼ਮੀਰ ਮੇਰਾ ਹੈ ਕਿਉਂਕਿ ਉਹ ਮੁਸਲਮ ਪ੍ਰਧਾਨ ਦੇ ਪ੍ਰਦੇਸ਼ ਹੈ ਤੇ ਉਹ ਉਸ ਦੇ ਬੇਸਿਸ ਤੇ ਤਾਂ ਡਿਵੀਜ਼ਨ ਹੀ ਨਹੀਂ ਹੋਈ ਜੀ ਬਿਲਕੁਲ ਸੋ ਜੇ ਇਹ ਮੰਨਿਆ ਜਾਏ ਕਿ ਉਹਨਾਂ ਨੇ ਨਹਿਰੂ ਜੀ ਨੇ ਮੰਨ ਲਿਆ ਕਿ ਅਸੀਂ ਪਲੇਬਿਸਾਈਟ ਕਰਾਵਾਂਗੇ opinion ਲੈਣ ਦਾ ਕਿ ਮਤਲਬ ਹੀ ਨਹੀਂ ਬੰਦਾ ਉਹ ਇੰਡੀਆ ਦਾ ਹੀ 파ਰਟ ਹੈ ਉਹ ਕਲਚਰਲੀ ਸਾਡਾ 파ਰਟ ਹੈ ਤੇ ਸਾਡਾ ਹੀ 파ਰਟ ਰਹੇਗਾ ਬਿਲਕੁਲ ਜੀ ਯਾਰ ਬਹੁਤ ਹੀ ਮਹਾਨ ਸ਼ਖਸੀਅਤ ਕਹਿ ਸਕਦੇ ਹਾਂ ਅਸੀਂ ਰਹੇ ਔਰ ਵਾਕਈ ਸਾਡੇ ਵਾਸਤੇ ਪ੍ਰੇਰਨਾ ਸੋਤ ਰਹੇ ਸ्रोत ਰਹੇ ਪੰਡਿਤ ਦੀਨदयाल उपाध्याय ਜੀ ਜਿਨ੍ਹਾਂ ਨੇ ਹਮੇਸ਼ਾ ਦੇਸ਼ ਨੂੰ ਤਰੱਕੀ ਦੇ ਰਾਹ ਤੇ ਲਿਜਾਣ ਦੇ ਵਾਸਤੇ ਜਿਹੜਾ ਮਰਜੀ ਪੱਖ ਹੋਵੇ ਰਾਜਨੀਤਿਕ ਪੱਖ ਹੋਵੇ ਆਰਥਿਕ ਪੱਖ ਹੋਵੇ ਚਾਹ ਸਿੱਖਿਆ ਦਾ ਪੱਖ ਹੋਵੇ ਉਸ ਨੂੰ ਹਮੇਸ਼ਾ ਉਸ ਲੈਵਲ ਉੱਪਰ ਚੁੱਕਣ ਦੇ ਬਾਰੇ ਹੀ ਸੋਚਿਆ ਔਰ ਦੇਸ਼ ਨੂੰ ਹਮੇਸ਼ਾ ਤਰੱਕੀਆਂ ਤੇ ਬੁਲੰਦੀਆਂ ਤੇ ਲੈ ਜਾਣ ਦੇ ਵਾਸਤੇ ਹੀ ਉਹਨਾਂ ਦੀ ਸੋਚ ਰਹੀ ਫਿਲਹਾਲ ਡਾਕਟਰ ਸਾਹਿਬ ਤੁਸੀਂ ਸਾਡੇ ਸਟੂਡੀਓ ਵਿੱਚ ਆਰ ਇੰਨੀ ਜਾਣਕਾਰੀ ਸਾਡਾ ਸਾਂਝੀ ਕਰਨ ਦੇ ਵਾਸਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸ਼ੁਕਰੀਆ ਜੀ ਤੁਹਾਡਾ